ਕਿੰਨੇ ਪੈਸੇ ਲੈਂਦੇ ਹੋ ਮੈਂ ਉਸ 50000 ਤੋਂ 1 ਲੱਖ ਦੇ ਦਰਮਿਆਨੀ ਚਾਰਜ ਕਰਨੀ ਹੈ ਇੱਕ ਚੰਡ ਦਾ ਚੰਡ ਇਲੈਕਟ੍ਰੋਨਿਕ ਚੰਡ ਦਾ ਤੁਹਾਡਾ ਨਹੀਂ ਤੁਹਾਨੂੰ ਨਹੀਂ ਪਤਾ ਮੇਰੀ ਬੜੀ ਜਲਾਲੀ ਚੰਡ ਹੁੰਦੀ ਹੈ ਨਹੀਂ ਮਤਲਬ ਤਵੀਜ਼ ਤੂੰ ਉਸ ਵੀ ਲਿਖਦੇ ਹੋ ਤੁਸੀਂ ਤਵੀਜ਼ ਲਿਖਦੀ ਆ ਲੇਕਿਨ ਉਹ ਵੱਖਰੀ ਗੱਲ ਹੈ ਮੈਨੂੰ ਪੜਨਾ ਲਿਖਣਾ ਨਹੀਂ ਆਉਂਦਾ ਇਹ ਗੱਲ ਨਾਲ ਜਪਾਣਾ ਕੁਛ ਦੀਏ ਸ਼ੇਰ ਰੱਖ ਦਿੱਤੇ ਇੱਕ ਦੋ ਭਾਈਆਂ ਨੂੰ ਪੈਸੇ ਦੇ ਕੇ ਬਿਠਾ ਦਿੱਤਾ ਕਿਹੜੇ ਭਾਈ ਆਨੇ ਸ਼ੈ ਨਾ ਸਵੀਕਾਰਨ आले ਅੱਛਾ ਜਹਾਜ਼ ਬਿਠਾ ਦੇ ਸਹੀ ਉੱਥੇ ਬਹਿ ਕੇ ਅੱਲਾ ਅੱਲਾ ਕਰਨ ਤਾਂ ਮਾਲਾ ਬਾ ਮੇਰੇ ਕੋਲ ਲੈਨੇ ਮੂਅਕਲ ਨਹੀਂ ਆਇਸ ਟਾਈਮ ਵੀ ਮੇਰੇ ird gird ਮੂਅਕਲ ਨੇ ਨਾ ਉਹ ਤੁਹਾਨੂੰ ਚੰਡਾ ਪੈ ਜਾਣ ਨਹੀਂ ਨਹੀਂ ਜੀ ਆਇਆ ਨੂੰ ਜੀ ਪੰਜਾਬੀ ਕਾਮੇਡੀ ਪੋਡਕਾਸਟ ਦਾ ਮੈਂ ਤੁਹਾਡਾ ਮੇਜ਼ਬਾਨ ਜ਼ੈਨ ਆਸੀ ਅੱਜ ਸਾਡੇ ਨਾਲ ਮੌਜੂਦ ਨੇ ਮਾਈ ਚੰਡਾਲੀ ਇੱਕ ਪੀਣੀ ਹੈ ਜਿੰਦੇ ਕੋ ਦੂਰ ਦੂਰ ਤੋਂ ਜਰੀਆਂ ਨੇ ਔਰਤਾਂ ਬੁੜੀਆਂ ਜਿਹੜੀਆਂ ਨੇ ਐ ਨਾ ਕੋ ਲਾਦੇ ਨੇ ਔਰ ਇਹ ਪੀਣੀ ਅੱਜ ਸਿਕਸਪੋਜ਼ ਕਰਾਂਗੇ ਔਰ ਅਸੀਂ ਅੱਜ ਪੀਣੀ ਨਾਲ ਗੱਲ ਕਰਾਂਗੇ ਜੀ ਆਇਆਂ ਨੂੰ ਜੀ ਮਾਈ ਚੰਨਾ ਵਾਲੀ ਰੱਬ ਤੁਹਾਡਾ ਭਲਾ ਕਰੇ ਜੀ ਜੀ ਮਿਹਰਬਾਨੀ ਤੁਹਾਡੀ ਤੁਹਾਡਾ ਇਹ ਦੁਆ ਦੇਣ ਦਾ ਵੈਸੇ ਬੜਾ ਅੱਛਾ ਲੱਗਿਆ ਜੀ ਰੱਬ ਭਲਾ ਕਰੇ ਰੱਬ ਸਾਰੇ ਰੱਬ ਭਲਾ ਕਰੇ ਮਾਈ ਚੰਨਾ ਵਾਲੀ ਬੜੀ ਮਸ਼ਹੂਰ ਪੀੜਨੀ ਹੋ ਤੁਸੀਂ ਜੀ ਕਿਹੜੇ ਲੋਕ ਨੇ ਉਹ ਲੋਕ ਕਿਹੜੇ ਨੇ ਜਿਹੜੇ ਤੁਹਾਨੂੰ ਮੰਨਦੇ ਨੇ ਮੇਰੇ ਕੋਲ ਵੇਖੋ ਦੂਰ ਦਰਾਸਤੂ

ਮੈਨੂੰ ਰੱਬ ਨੇ ਦਿੱਤੀ ਹੈ ਇੰਨੀ ਕਾਬਲੀਅਤ ਇੰਨੀ ਸ਼ਿਫਾ ਦਿੱਤੀ ਹੈ ਮੇਰੇ ਹੱਥੇ ਕਿ ਮੈਂ ਲੋਕਾਂ ਦਾ ਚੰਡਾ ਮਾਰ ਕੇ ਤੇ ਉਹਨਾਂ ਦਾ ਕੰਮ ਹੋ ਜਾਂਦੇ ਨੇ ਫਿਰ ਉਹਨਾਂ ਦੇ ਬਦਲੇ ਉਹ ਨਜ਼ਰ ਨਿਆਜ਼ ਵੀ ਦੇ ਜਾਂਦੇ ਹੁੰਦੇ ਨੇ ਨਹੀਂ ਮੈਂ ਪਹਿਲੀ ਵਾਈ ਵੇਖੀ ਜਿਹੜੀ ਚੰਡ ਮਾਰਦੀ ਤੈਨੂੰ ਨਸਲ ਨਿਆਜ਼ ਮਿਲਦੀ ਨਹੀਂ ਤੇ ਚੰਡ ਦੇ ਬਦਲੇ ਚਾਂਦੀ ਮਿਲਦੀ ਵੇਖੀ ਹੈ ਅੱਛਾ ਤੇ ਕਿੰਨੇ ਕੋ ਪੈਸੇ ਲੈ ਲੈਂਦੇ ਹੋ ਤੁਸੀਂ ਮੈਂ ਜ਼ਿਆਦਾਤਰ ਜਿਹੜਾ ਹੈ ਉਹ ਅਗਰ ਕਿਉਂਕਿ ਮੇਰੇ ਕੋਲ ਜ਼ਿਆਦਾ ਹਾਈ ਸੋਸਾਇਟੀ ਦੇ ਲੋਕ ਆਉਂਦੇ ਨੇ ਹਾਈ ਸੋਸਾਇਟੀ ਦੀ ਬੁੜੀਆਂ ਪਾਗਲ ਹੋਈਆਂ ਆ ਇਹਨੂੰ ਤੁਹਾਡੇ ਕੋਲ ਤੂੰ ਨੂੰ ਪਤਾ ਤਾਂ ਹੈ ਅੱਜ ਕੱਲ ਸੱਸ ਨੂੰ ਬਹੂ ਤੇ ਕਿਉਂ ਕਹਿੰਦੇ ਨੇ ਜਵਾਈਆਂ ਦੇ ਰੋਲੇ ਰੱਪੇ ਬੜੇ ਹੁੰਦੇ ਨੇ ਹਾਂਜੀ ਬੰਦਾ ਮੇਰੇ ਹੱਥ ਤੇ ਚਾ ਜਾਵੇ ਮਾਂ ਕਹਿੰਦੀ ਆ ਪੁੱਤਰ ਮੇਰਾ ਹੋ ਜਾਵੇ ਨੂੰ ਕਹਿੰਦੀ ਆ ਬੰਦਾ ਮੇਰੇ ਪੱਲੂ ਨਾਲ ਬੰਨ ਜਾਵੇ ਜਾਨੀ ਕਿ ਸਾਰੀਆਂ ਪਰੇਸ਼ਾਨੀਆਂ ਚ ਤੁਹਾਡਾ ਕਾਰੋਬਾਰ ਸਹੀ ਚਮਕ ਲਿਆ ਇਨਾਂ ਸਾਰੀਆਂ ਪਰੇਸ਼ਾਨੀਆਂ ਦੇ ਇੱਕ ਵਾਹਿਦ ਹੱਲ ਹੈ ਮਈ ਚੰਡਾ ਵਾਲੀ ਸਰਕਾਰ ਉਹ ਜੀਓ ਕਿੰਨੇ ਪੈਸੇ ਲੈਂਦੇ ਹੋ ਮੈਂ ਉਸ 50000 ਤੋਂ 1 ਲੱਖ ਦੇ ਦਰਮਿਆਨੀ ਚਾਰਜ ਕਰਨੀ ਹੈ ਇੱਕ ਚੰਡ ਦਾ ਚੰਡ ਇਲੈਕਟ੍ਰੋਨਿਕ ਚੰਡ ਦਾ ਤੁਹਾਡੀ ਨਹੀਂ ਤੁਹਾਨੂੰ ਨਹੀਂ ਪਤਾ ਮੇਰੀ ਬੜੀ ਜਲਾਲੀ ਚੰਡ ਹੁੰਦੀ ਹੈ ਹੋ ਮੈਂ ਹੈਰਾਨ ਆ ਤੁਹਾਡੀ ਚੰਡ ਤੇ ਲੈ ਚਾਮ ਦੱਸੋ ਵੇਖੋ ਮੇਰੀ ਗੱਲ ਸੁਣੋ ਤੁਸੀਂ ਜਦੋਂ ਕਿਸੇ ਨੂੰ ਚੰਡ ਮਾਰਨੀ ਆ ਨਾ ਤੇ ਮੇਰੇ ਅੰਦਰ ਮੇਰੇ ਮੁਕਲਾਤ ਆ ਜਾਂਦੇ ਨੇ ਜਿੰਦੀ ਵਜ੍ਹਾ ਤੋਂ ਮੁਕਲ ਹੋਣਾ ਲੋਗਾਂ ਨੂੰ ਚੰਡ ਮਾਰਦੇ ਨੇ ਤੇ ਉਹਨਾਂ ਦਾ ਫੋਰਮ ਕੰਮ ਹੋ ਜਾਂਦਾ ਸਤਕੇ ਅੱਲਾਹ ਕੋਲ ਕੰਮ ਨਹੀਂ ਕਰਾਉਣਾ ਤੁਹਾਡੇ ਮੁਕਲਾਤ ਕੋਲ ਕੰਮ ਕਰਾਂ ਤੁਹਾਡੇ ਮੁਕਲਾਤ ਅੱਲਾ ਨੇ ਵੀ ਤਾਂ ਮੈਨਨੇ ਵੀ ਮੋਕਲ ਦਿੱਤੇ ਨੇ ਨਾ ਉਸ ਰੱਬ ਦੀ ਰਹਿਮਤੀ ਹੈ ਕਿ ਮੇਰੇ ਕੋਲ ਮੌਕਲੇ ਲੱਗੇ ਨੇ ਕਿਉਂ ਕੰਮ ਕਰਦੇ ਨੇ ਐਸੇ ਤੁਸੀਂ ਮੌਕਲਾਤ ਜਦੋਂ ਤੁਹਾਡੇ ਕੋਲ ਆ ਜਾਂਦੇ ਨੇ ਔਰ ਇਹ ਮੌਕਲਾਤ ਜਦੋਂ ਚੰਡਾ ਅਗਲੇ ਨੂੰ ਮਾਰਦੇ ਨੇ ਜੇ ਅਗਲੇ 'ਚ ਵੀ ਮੌਕਲਾਤ ਆ ਗਏ ਜੇ ਉਹਨਾਂ ਵੀ ਚੰਡਾ ਮਾਰਨੀ ਸ਼ੁਰੂ ਕਰ ਦਿੱਤੀਆਂ ਫਿਰ ਕਦੇ ਹੋਇਆ ਅੱਗੂ ਵੀ ਚੰਡ ਪਈ ਹੋਵੇ ਨਹੀਂ ਨਹੀਂ ਐਵੇਂ ਕਦੇ ਵੀ ਨਹੀਂ ਹੋਇਆ ਹਮੇਸ਼ਾ ਰੱਖਿਆ ਜੇ ਆਪਣਾ ਹਿਸਾਬ ਤਾ ਕਿਉਂਕਿ ਜੇ ਅਗਲੇ ਕੋਲ ਮੌਕਲਾ ਮੇਰੇ ਕੋਲ ਲੈਣੇ ਮੌਕਲ ਨੇ ਐਸ ਟਾਈਮ ਵੀ ਮੇਰੇ ਇਰਦ-ਗਿਰਦ ਮੌਕਲ ਨੇ ਨਾ ਉਹ ਤੁਹਾਨੂੰ ਚੰਡਾ ਪੈ ਜਾਣ

ਤੁਸੀਂ ਕਿਉਂ ਪੈਸੇ ਲੈਂਦੇ ਹੋ ਵੇ ਇੱਕ ਮੇਰੀ ਗੱਲ ਸੁਣੋ ਅਜੀਬੋ ਗਰੀਬ ਕਿਸਮ ਦੇ ਲੋਕ ਆਂਦੇ ਨੇ ਕੋਈ ਬਿਮਾਰ ਕੋਈ ਤੰਦਰੁਸਤ ਉਹਨਾਂ ਨੂੰ ਮੇਰਾ ਹੱਥ ਲੱਗਦਾ ਹੈ ਅੱਛਾ ਹੱਥ ਲੱਗਦਾ ਦਸਤਾਨੇ ਪਾਉਂਦਾ ਮੇਰੇ ਹੱਥ ਲੱਗਦਾ ਹੈ ਮੇਰੇ ਹੱਥ ਲਗਾਈ ਦੇ 50000 ਤੋਂ 1 ਲੱਖ ਮੈਂ ਚਾਰਜ ਕਰਨੀ ਆ ਤੇ ਜੇ ਕੋਈ ਥੋੜੀ ਜ਼ਿਆਦਾ ਵੱਡੀ ਪਾਰਟੀ ਹੋਵੇ ਬਹੁਤ ਹੀ ਜ਼ਿਆਦਾ ਹਾਈ ਸਟੇਟਸ ਹੋਵੇ ਤੇ ਫਿਰ ਮੈਂ ਉਹਨਾਂ ਕੋਲ ਤੁਸੀਂ ਦਾਸ ਲਾਈ ਸਕਦੇ ਹੋ ਕਿੰਨੇ ਲੈ ਸਕਨੀ ਆ ਨਹੀਂ ਉਹ ਤੁਹਾਡੀ ਗੱਲ ਸਹੀ ਦਸਤਾਨੇ ਪਾ ਕੇ ਮਾਰ ਲਿਆ ਕਰੋ ਮਾਰ ਨਹੀਂ ਤੁਸੀਂ ਚਾਂਦੀ ਹੁੰਦੀ ਆ ਵੈਸੇ ਲੇਕਿਨ ਜਿਹੜੀ ਚੰਡ ਬਗੈਰ ਦਸਤਾਨੇ ਤੋਂ ਲੱਗਦੀ ਆ ਦਸਤਾਨੇ ਪਾ ਕੇ ਨਹੀਂ ਨਾ ਲੱਗਦੀ ਨਹੀਂ ਮੁਕਲਾ ਨੂੰ ਕੀ ਪਤਾ ਤੁਸੀਂ ਦਸਤਾਨਾ ਪਾਇਆ ਨਹੀਂ ਪਾਇਆ ਐਡੀਆਂ ਤੁਸੀਂ ਤੇਜ਼ ਮਾਰਿਆ ਹੈ ਤੇਜ਼ ਦੰਦ ਕੀ ਉਸ ਰਬ ਦਾ ਕਰਮ ਹੈ ਤੇਰੀ ਲੜੀ ਤੂੰ ਤੁਹਾਡਾ ਤੱਲਕ ਹੈ ਵੈਸੇ ਲੜੀ ਉਹ ਲੈਟਾ ਵਾਲੀ ਲੜੀ ਦੀ ਸਹੀ ਵਾਲੀ ਲੜੀ ਦੱਸਿਆ ਜੀ ਐਸੀ ਆਪੋ ਜੀ ਗੱਲ ਹੈ ਮੇਰਾ ਤੱਲਕ ਕਿਸੇ ਪੀਰ ਘਰਾਨੇ ਨਾਲ ਨਹੀਂ ਹੈ ਆ ਲੈਣ ਨਹੀਂ ਪਾਣੀ ਤੁਸੀਂ अच्छा पीर ਘਰਾਨੇ ਨਾਲ ਨਹੀਂ ਹੈ ਨਹੀਂ ਨਹੀਂ ਮੈਂ ਨਾ ਫਿਰ ਪੀੜ ਕਿਉਂ ਬਣੀ ਹੋਈ ਜਤੋਂ ਮੈਂ ਤਾਂ ਦੱਸਨੀ ਹੈ ਸਾਡੇ ਖਾਨਦਾਨ ਵਿੱਚ ਕੋਈ ਪੀੜ ਨਹੀਂ ਹੈਗਾ ਤਾਂ ਦੱਸਨੀ ਆ ਸੁਣੋਗੇ ਤਾਂ ਨਹੀਂ ਪੀੜ ਪਾਈ ਤੁਸੀਂ ਪੀੜ ਕੋਈ ਨਹੀਂ ਜੀ ਜੀ ਦੱਸੋ ਦੱਸੋ ਦਰਸਲ ਮੈਂ ਨੇ ਕਰੀਬ ਘਰਾਨੇ ਚ ਪੈਦਾ ਹੋਈ ਸੀ ਕਿਹੜੇ ਘਰਾਨੇ ਚ ਇੱਕ ਗਰੀਬ ਘਰ ਗਰੀਬ ਘਰਾਨ ਸਾਰੇ ਬੱਚਾ ਹਾਂ ਤੇ ਫਿਰ ਨਾ ਮੇਰੇ ਜਦੋਂ ਥੋੜੀ ਵੱਡੀ ਹੋਈ ਨਾ ਤੇ ਮੈਂ ਆਪਣੇ ਕਿੰਨੀ ਕੋ ਵੱਡੀ ਮਤਲਬ 5 6 ਸਾਲ ਦੀ ਉਹ ਤਾਂ ਬਹੁਤ ਛੋਟੀ ਹੁੰਦੀ ਹੈ ਥੋੜੀ ਵੱਡੀ ਹੋਰ ਕਰ ਲਓ ਕੀ ਮਤਲਬ ਹੈ ਤੁਹਾਡਾ ਪੰਜ ਛੇ ਸਾਲ ਤੋਂ ਵਧਾ ਲਓ ਨਾ ਗੱਲ ਨਹੀਂ ਨਹੀਂ ਪੰਜ ਛੇ ਸਾਲ ਦੀ ਸੀ ਤੇ ਸਾਡੇ ਨਾ ਜਿਹੜੇ ਬੁੰਦੇ ਨਾ ਪਿੰਡਾਂ ਧਾਵਾਂ ਦੇ ਵਡੇਰੇ ਤੇ ਆ ਕੀ ਉਹਨਾਂ ਨੂੰ ਕਹਿੰਦੇ ਨੰਬਰਦਾਰ ਵਗੈਰਾ ਹੂੰ ਇਹਨਾਂ ਦਾ ਬੜਾ ਸ਼ਸ਼ਕਾ ਹੁੰਦਾ ਤੁਹਾਨੂੰ ਪਤਾ ਹੀ ਹੈ ਮੈਨੂੰ ਬੜਾ ਸ਼ੌਕ ਸੀ ਕਿ ਮੈਂ ਵੀ ਨਾ ਵੱਡੀ ਕਿ ਬੜਾ ਪੈਸਾ ਕਮਾਉਂ ਮਤਲਬ ਤੁਸੀਂ ਵੀ ਚਾਹਦੇ ਤੁਹਾਡਾ ਵੀ ਟੇਰਾ ਬਖਸ਼ਾ ਹੋਇਆ ਹੈ ਜਨਾਬ ਸਾਡੇ ਸ਼ਸ਼ਕੇ ਹੁੰਦੇ ਜਿਵੇਂ ਇਹਨਾਂ ਨੰਬਰਦਾਰਾਂ ਦੇ ਸ਼ਸ਼ਕੇ ਹੁੰਦੇ ਆ ਅੱਛਾ ਸ਼ੁਰੂ ਤੋਂ ਸ਼ੈਤਾਨੀ ਦੇ ਮਤਲਬ ਸਹੀ ਦੇਨ ਸੀ ਤੁਹਾਡਾ ਆ ਤੁਹਾਡੀ ਆ ਗੱਲਾਂ ਮੈਨੂੰ ਲੱਗਦੇ ਮੈਨੂੰ ਆਦੇ ਮੋਕਲਾ ਨੂੰ ਬੁਲਾਣੀ ਹੀ ਪੈ ਰਹੀ ਹੈ ਨਾ ਬੁਲਾਵਾ ਜੋ ਮੋਕਲਾ ਨੂੰ ਕੱਲ ਸੁਣਾਓ ਅੱਛਾ ਉਹ ਫਿਰ ਕੀ ਹੋਇਆ ਕਿ ਸਾਡੇ ਸੀ ਖੇਤ ਖੇਤ ਵਿੱਚ ਉਹ ਬਨਾਨਾ ਤੂੜੀ ਜਿਹੀ ਦੀ ਉਹ ਕਬਰ ਟਾਈਪ ਆ ਹਾਂ ਤੇ ਮੇਰੇ ਨਾਲ ਜ਼ਿਹਨ ਵਿੱਚ ਇੱਕ ਗੱਲ ਆਈ ਕਿ ਕਿਉਂ ਨਾ ਚਲੋ ਵੱਡੇ ਹੋਗਾ ਤੁਸੀਂ ਹਾਂ ਕਿ ਇਸ ਕਬਰ ਦਾ ਕਿਉਂ ਨਾ ਫਾਇਦਾ ਚੁੱਕਿਆ ਜਾਵੇ ਅੱਛਾ ਤੁਸੀਂ ਕਬਰ ਸੋਚਿਆ ਕਿ ਕਬਰ ਨਵੀਂ ਬਣਾਨੀ ਹੈ ਖਾਲੀ ਨਹੀਂ ਖਾਲੀ ਨਹੀਂ ਨਾ ਬਣਾਈ ਇਹੀ ਤਾਂ ਕਮਾਲ ਹੈ ਹੂੰ ਮੈਂ ਕੀ ਕੀਤਾ ਕਿ ਉਹ ਵੱਡੀ ساری ਕਬਰ ਬਗਾਨ ਦੀ بجائے ਨਾ ਇੱਕ ਜਿੰਨੀ ਆਮ ਕਬਰ ਦਾ ਸਾਈਜ਼ ਹੁੰਦਾ ਸੀ 6-7 ਫੋਟਾ ਦਾ ਉਹਨੇ ਇੱਕ ਕਬਰ ਬਣਾ ਦਿੱਤੀ ਅੱਛਾ ਅੱਲਾਹ ਉਹਦੇ ਸਾਈਡਾਂ ਤੇ ਕਰ ਦਿੱਤੇ ਸੇਰੇ ਟੰਗ ਦਿੱਤੇ ਨਾ ਨਾ ਉਹ ਕੁਛ ਦੀਏ ਸ਼ੀ ਰੱਖ ਦਿੱਤੇ ਇੱਕ ਦੋ ਭਾਈਆਂ ਨੂੰ ਪੈਸੇ ਦੇ ਕੇ ਬਿਠਾ ਦਿੱਤਾ ਕਿਹੜੇ ਭਾਈ ਆਨੇ ਸ਼ੈਨੇ ਸਵੀਕਾਰਨ आले ਅੱਛਾ ਜਹਾਜ਼ ਬਿਠਾ ਦਿੱਤਾ ਸਹੀ ਉੱਥੇ ਬਹਿ ਕੇ ਉਹ ਅੱਲਾ ਅੱਲਾ ਕਰਨ ਤਾਂ ਮਾਲਾ ਪਾਉਂਦੇ ਤੇ ਮਾਲਾ ਦਿੱਤਾ ਕਿ ਜਿਹੜਾ ਵੀ ਕੋਈ guzre ਆ ਉਹਨਾਂ ਨੇ ਦਮਾਲਾ ਪਾਈਆ ਅੱਛਾ ਉਹ ਤੁਸੀਂ ਮੇਰੀ ਗੱਲ ਸੁਣੋਗੇ ਜੀ ਜੀ ਸੁਣਾਓ ਸੁਣਾ ਕਿ ਮੈਂ ਬੁਲਾਵਾ ਦੇ ਮੌਕੇ ਨਹੀਂ ਨਹੀਂ ਗੱਲ ਸੁਣਾ ਇਹ ਫੇ ਟੰਗ ਨਾ ਵਿਚੜਾਵੇ ਜੀ ਜੀ ਉਹ ਜੀ ਸਰਕਾਰ ਉਹਨਾਂ ਨੇ ਕੀ ਕੀਤਾ ਕਿ ਉਹ ਜਿਹੜਾ ਵੀ ਆ ਪਾਸੇ ਲੰਘਦਾ ਸੀ ਉਹਨੂੰ ਕਹਿੰਦੇ ਸੀ ਕਿ ਇਹ ਬਾਬੇ ਚੰਡਾਲੀ ਸਰਕਾਰ ਦੀ ਕਬਰ ਹੈ। ਅੱਛਾ ਬਾਬਾ ਚੰਡਾਲੀ ਦੀ ਦੁਆ ਮੰਗੋ ਪੂਰੀ ਹੁੰਦੀ ਹੈ। ਅੱਛਾ ਮੈਂ ਉਹਨਾਂ ਨੂੰ ਇਹ ਕਹਿ ਕੇ ਕਹਿਣਾ ਹੈ ਕਿ ਇਹ ਬਾਬੇ ਚੰਡਾ ਵਾਲੀ ਸਰਕਾਰ ਦੀ ਕਬਰ ਹੈ। ਅੱਛਾ ਇਸ ਟਾਈਮ ਉਹਨਾਂ ਦੀ ਗੱਦੀ ਉਹਨਾਂ ਦੀ ਪੋਤੀ ਕੋਲ ਹੈ। ਯਾਨੀ ਕਿ ਮੇਰੇ ਕੋਲ ਹੈ। ਛਾ ਤੁਸੀਂ ਪੋਤੀ ਬਣ ਗਏ ਉਸ ਕਬਰ ਦੇ ਚ। ਹਾਂਜੀ। ਜੇ ਅੱਜ ਕਬਰ ਖੋਲ ਜAVE ਵਿੱਚ ਕੁਝ ਨਹੀਂ ਨਿਕਲਣਾ। ਜਿ ਤੂੜੀ ਦੀ ਸਿਵਾਇ ਕੁਝ ਵੀ ਨਹੀਂ ਨਿਕਲਣਾ। ਤਾਂ ਫੇਰ ਜਿਹੜੀਆਂ ਚੰਡਾ ਤੁਹਾਨੂੰ ਭੈਣੀਆਂ ਨੇ। ਲੈ ਮੇਰੇ ਕੋਲ ਮੋਕਲ ਨਹੀਂ ਹੈਗੇ। ਨਹੀਂ ਉਹ ਮੋਕਲਾਂ ਨਾਲੋਂ ਜ਼ਿਆਦਾ ਜਿਹੜੇ ਐਨੇ ਅਗੂ ਮੁਕਾ ਮੈਂ ਤੁਹਾਨੂੰ ਪਹਿਲੇ ਵੀ ਕਹਿ ਗਿਆ ਕਿ ਤੁਸੀਂ ਮੇਰੇ ਗੱਲ ਦੇ ਵਿੱਚ ਦਖਲ ਨਾ ਦੇਣਾ ਆ ਇੰਟਰਵਿਊ ਤੋਂ ਬਾਅਦ ਨਾ ਆਣਾ ਗੋਣਨਾ ਮਾਣੀ ਨਾ ਨਹੀਂ 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 ਨਾ ਨਾ ਇੰਟਰਵਿਊ ਤੋਂ ਬਾਅਦ ਇੰਟਰਵਿਊ ਚ ਨਹੀਂ ਆਣਾ ਨੇ ਆਪ ਚੰਡਾ ਮੋਣੀ ਚਲੋ ਆ ਬੱਤੀ ਨਹੀਂ ਇੰਟਰਵਿਊ ਖਰਾਬ ਹੋ ਜਾਏਗਾ ਹਾਂ ਨਹੀਂ ਨਹੀਂ ਬਿਲਕੁਲ ਮੈਂ ਤਾਂ ਵੈਸੇ ਕਹਿਣਾ ਕਬਰ ਇਸ ਤਰ੍ਹਾਂ ਜੀ ਗੱਲ ਫੈਲਦੀ ਫੈਲਦੀ ਇੱਕ ਪਿੰਡ ਤੋਂ ਦੂਸਰੇ ਪਿੰਡ ਦੂਸਰੇ ਤੋਂ ਤੀਸਰੇ ਪਿੰਡ ਫਿਰ ਇਸ ਤਰ੍ਹਾਂ ਮੈਂ ਪੂਰੇ ਮੌਲਕੇ ਚ ਮਸ਼ਹੂਰ ਹੋ ਗਈ ਭਾਈ ਚੰਡਾ ਵਾਲੀ ਸਰਕਾਰ ਓਏ ਹੋਏ ਨਹੀਂ ਆ ਚੰਡਾ ਹੀ ਚੰਡਾ ਤੇ ਮਾਵਾ ਮਾਂ ਚੰਡਾ ਮਾਰਦੇ ਪੁੱਤਰ ਓਖਾ ਹੋ ਜਾਂਦਾ ਪਿਓ ਚੰ ਤਰੋ ਖਾਉਂਦਾ ਇਧਰ ਚੰਡਾ ਖਾਨ ਆਉਂਦੇ ਨੇ ਨਾਲ ਪੈਸੇ ਦਿੰਦੇ ਨੇ ਸਤਿ ਕਿਉ ਚੰਡਾ ਨੇ ਬਿਲਕੁਲ ਐਨ ਹੋਵੇ ਕੋਈ ਬੱਤ ਐਸਾ ਮੁਰੀਦ ਹੋਏ ਜਿਹਨੂੰ ਚੰਡਾ ਖਾਕ ਆ ਕਹਿ ਸੀ ਆਦਤ ਹੋਏ ਤੁਹਾਡਾ ਹੱਥੀ ਵੜ ਕੇ ਲੈ ਆਪ ਹੀ ਮਾਰਦਾ ਫਿਰ ਇੰਜ ਵਾਹ ਬੜੇ ਹਾ ਹਾ ਗਾਰਡ ਸ਼ਾਰਟ ਰੱਖਿਓ ਨਿਆਦੇ ਨਾਲ ਜੀ ਜੀ ਮੇਰੇ ਕੋਲ ਗਾਰਡ ਨੇ ਮਾਸ਼ੱਲਾ ਮੇਰੇ 10 ਗਾਰਡ ਨੇ ਜਿਹੜੇ ਪੰਜ ਐਟ ਅ ਟਾਈਮ ਮੇਰੇ ਨਾਲ ਜਾਂਦੇ ਨੇ ਮੈਂ ਜਿੱਥੇ ਵੀ ਜਾਵਾਂ ਤੇ ਪੰਜ ਮੇਰੇ ਘਰ ਹੁੰਦੇ ਨੇ ਮੁੱਕਲ ਉਹ ਤਾਂ ਸੁੱਤੇ ਹੁੰਦੇ ਨੇ ਹਨਾ ਮੁੱਕਲ ਤੇ 24 ਘੰਟੇ ਮੇਰੇ ਨਾਲ ਹੀ ਹੁੰਦੇ ਫਿਰ ਗਾਰਡਾਂ ਦੀ ਕੀ ਜ਼ਰੂਰਤ ਹੈ ਇਹ ਗਾੜ ਅੱਜ ਕੱਲ ਦੇ ਲੋਕ ਵੀ ਤਾਂ ਉਹ ਹੋ ਜੈਨੇ ਨਾ ਹਾਂ ਨਹੀਂ ਮੈਂ ਗੱਲ ਸਹੀ ਐ ਜਿਹੜੇ ਵਿਚਾਰੇ ਗਰੀਬ ਲੋਕ ਨੇ ਉਹ ਵੀ ਆਂਦੇ ਹੀ ਹוסਨ ਤੁਹਾਡੇ ਕੋਲ ਜੀ ਜੀ ਬਿਲਕੁਲ ਆਂਦੇ ਨੇ ਆਂਦੇ ਨੇ ਉਹਨਾਂ ਨਾਲ ਤੁਹਾਡਾ ਵੈਸੇ ਕੀ ਸਲੂਕ ਹੁੰਦਾ ਮੈਨੂੰ ਨਹੀਂ ਲੱਗਦਾ ਕੋਈ ਚੰਗਾ ਹੀ ਸਲੂਕ ਹੋਣਾ ਹਾਏ ਮੈਂ ਉਹਨਾਂ ਨੂੰ ਵੈਸੇ ਤਾਂ ਜ਼ਿਆਦਾਤਰ ਹੱਥ ਨਹੀਂ ਲਗਾਉਂਦੀ ਕਿਉਂਕਿ ਮੈਨੂੰ ਉਹਨਾਂ ਕੋਲ ਬੜੀ ਕਰੈਤ ਜੀਆਂ ਬੜੀ ਅਸ ਤੱਕ ਆ ਵੀ ਵੈਸੇ ਤੁਸੀਂ ਗਰੀਬ ਘਰ ਵਿੱਚ ਪੈਦਾ ਹੋਏ ਲੇਕਿਨ ਮੈਂ ਹੁਣ ਤਾਂ ਨਹੀਂ ਹੈ ਨਾ ਮੈਂ ਆਦਾ ਸਟੇਟਸ ਮੇਨਟੇਨ ਕਰ ਲਈ ਹੈ ਨਹੀਂ ਬਿਲਕੁਲ ਸਟੇਟਸ ਮੇਨਟੇਨ ਅੱਛਾ ਤੇ ਫਿਰ ਅਗਰ ਕੋਈ ਬੜਾ ਹੀ ਇਸਰਾਰ ਕਰੇ ਇੱਕ ਬੜੇ ਕੋਈ ਪੈਰਾਂ 'ਚ ਡਿੱਗ ਡੁੱਗ ਪਵੇ ਮੇਰਾ ਪੱਲੂ ਨਾ ਛੱਡੇ ਹਾਂ ਜਿਹੜਾ ਵਿਚਾਰਾ ਬੜਾ ਹੀ ਮੁਸ਼ਕਲ ਵਾਲਾ ਹੋਵੇ ਚੈੱਕ ਕਰ ਲਓ ਪੀਜੀ ਤੇ ਫਿਰ ਉਹਨੂੰ ਅਸੀਂ ਕੀਤੀ ਦਾ ਉਹਨੂੰ ਕਹੀਦਾ ਕਿ ਆਦੇ ਘਰ ਦੀ ਔਰਤ ਨੂੰ ਕਿਸੇ ਨੂੰ ਭੇਜ ਦਿਓ 5 ਸਾਲਾਂ ਆਸੇ ਮੇਰੇ ਕੋਲ ਤੇ ਤੁਹਾਡਾ ਕੰਮ ਹੋ ਜਾਏਗਾ ਉਹ ਫਿਰ ਆਪਣੀ ਕਿਸੇ ਔਰਤ ਨੂੰ ਬੱਚੀ ਨੂੰ ਬੇਟੀ ਨੂੰ ਜਾਂ ਆਪਣੀ ਬੀਵੀ ਨੂੰ ਸਾਡੇ ਕੋਲ 5 ਸਾਲਾਂ ਆਸੇ ਮੇਰੇ ਕੋਲ ਛੱਡ ਦਿੰਦੇ ਨੇ ਕੀ ਸ਼ਗਿਰਦੀ ਆਸੇ ਨਹੀਂ ਕਰਦੇ ਕੰਮ ਕੰਮ ਕਰਨਾਸਤੇ ਓਏ ਹੋਏ ਹੋਏ ਹੋ ਐਸਾ ਰਹਿਣਾ ਦਾ ਕੰਮ ਹੀ ਹੋ ਜਾਣਾ ਤੇ ਮੈਨੂੰ ਮਫਦੀ ਨੌਕਰਾਨੀ ਲੱਗ ਜਦੀ ਨਹੀਂ ਮਤਲਬ ਤਵੀਜ਼ ਤੂੰ ਉਸ ਵੀ ਲਿਖਦੇ ਹੋ ਤੁਸੀਂ ਤਵੀਜ਼ ਲਿਖਦੀ ਆ ਲੇਕਿਨ ਉਹ ਵੱਖਰੀ ਗੱਲ ਹੈ ਮੈਨੂੰ ਪੜਨਾ ਲਿਖਣਾ ਨਹੀਂ ਆਉਂਦਾ ਇਹ ਗੱਲ ਨਾਲ ਵਿਚ ਪਾਣਾ ਪੜਨਾ ਲਿਖਣਾ ਨਹੀਂ ਆਉਂਦਾ ਤੇ ਫਿਰ ਤਵੀਜ਼ੇ ਚ ਕੀ ਲਿਖਦੇ ਹੋ ਵੇ ਮੈਂ ਹਰ ਜੁਮੇ ਨੂੰ ਆਪਣੇ ਦਾਦੇ ਦੇ ਦਰਬਾਰ ਤੇ ਬੈਣੀ ਆ ਦਾਦ ਅਚਾਹੋ ਖਾਲੀ ਦਰਬਾਰ ਖਾਲੀ ਦਰਬਾਰ ਦਾਦੇ ਦਾ ਦਰਬਾਰ ਮੇਰੇ ਦਾ ਦਾਦੇ ਦਾ ਜੀ ਚੰਡਾਲੀ ਸਰਕਾਰ ਦਾ ਜੀ ਜੀ ਉਹਦੇ ਦੇ ਵਿੱਚ ਹਰ ਜੁਮੇ ਨੂੰ ਬੈਣੀ ਆ ਸਵੇਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅੱਛਾ ਤਵੀਜ਼ ਲਿਖਨੀ ਆ ਲੋਕਾਂ ਨੂੰ ਦਮਦਰੂਦ ਕਰਨੀਆਂ ਉਹ ਵੱਖਰੀ ਗੱਲ ਹੈ ਕਿ ਤਵੀਜ਼ ਮੈਨੂੰ ਲਿਖਣੇ ਨਹੀਂ ਆਉਂਦੇ ਤੇ ਉਹਦੇ ਵਿੱਚ ਮੈਂ ਨੰਬਰ ਲਿਖ ਦੇਣੀ ਆ ਅਰੈਬਿਕ ਅਰੈਬੀ ਗਿਣਤੀ ਦੇਣਾ 1 2 3 ਨਾਲ ਕੋਈ ਪੁਠੀਆਂ ਸਿੱਧੀਆਂ ਸ਼ਕਲਾ ਮਾ ਦੇ ਤਾਂ ਮਜ਼ੇ ਦੀ ਗੱਲ ਪਤਾ ਹੈ ਕੀ ਹੈ ਲੋਕ ਤਾਂ ਕੰਮ ਵੀ ਹੋ ਜਾਂਦਾ ਹੈ ਬੜੀ ਕੀਦਤ ਨਾਲ ਨਾ ਤਵੀਜ਼ਾਂ ਲੈ ਕੇ ਜਾਂਦੇ ਨੇ ਤੇ ਮੈਨੂੰ ਪੈਸੇ ਵੀ ਦੇ ਜਾਂਦੇ ਵਾਹ ਭਾਈ ਵਾਹ ਇਸ ਤਰ੍ਹਾਂ ਕੰਮ ਚੱਲਦੇ ਨੇ ਇਹਨਾਂ ਦੇ ਅੰਨੇ ਵਾਹ ਕੰਮ ਚੱਲਦੇ ਨੇ ਵੈਸੇ ਕੀ ਮਤਲਬ ਹੈ ਤੁਹਾਡਾ ਅੰਨੇ ਵਾਹ ਮੈਂ ਬੰਦੀ ਨਹੀਂ ਅੰਨੀ ਦੇ ਨਹੀਂ ਨਹੀਂ ਬੰਦੇ ਜੇ ਤੁਸੀਂ ਲੋਕਾਂ ਦੇ ਜੋੜਾ ਚ ਬੰਦੇ ਜੇ ਨਹੀਂ ਜੇ ਤੁਸੀਂ ਕਿਤੇ ਹੋਨੇ ਕੰਮ ਨਹੀਂ ਫੇਰੀ ਫਕੀਰੀ ਤਾਂ ਵੈਸੇ ਜਿਹੜੀ ਅਸੀਂ ਸੁਣੀ ਹੈ ਨਾ ਉਹ ਅੱਲਾਹ ਸੇ ਹੁੰਦੀ ਆ ਆਮ ਲੋਕਾਂ ਸੇ ਹੁੰਦੀ ਆ ਲੋਕਾਂ ਦੀ ਖਿਦਮਤਾਂ ਸੇ ਹੁੰਦੀ ਆ ਤੁਸੀਂ ਤਾਂ ਬਿਜ਼ਨਸ ਬਣਾ ਲਿਆ ਇਹਨੂੰ ਲੈ ਮੈਂ ਕਿੱਥੇ ਬਿਜ਼ਨਸ ਬਣਾਇਆ ਆ ਜਿਹੜੇ ਬਾਕੀ ਪੀ ਨੇ ਸ਼ਲਵਾਰ ਆ ਰਹੀ ਸਰਕਾਰ ਤੇ ਪੀ ਪੇਸ਼ ਆ ਤੇ ਫਲਾਨਾ ਤੇ ਢਮਕਾਨਾ ਇਹਨਾਂ ਨੇ ਕੀ ਕੀਤਾ ਹੋਇਆ ਇਥੇ ਸਾਡੇ ਤੋਂ ਪਹਿਲੇ ਦੇ ਨੇ ਇਹਨਾਂ ਨੇ ਵੀ ਤਾਂ ਕਾਰੋਬਾਰ ਬਣਾਇਆ ਨਾ ਲੋਕ ਜਾਣਦੇ ਨੇ ਇਹਨਾਂ ਕੋਲ ਪੈਸੇ ਵੀ ਦਿੰਦੇ ਨੇ ਇਹਨਾਂ ਨੂੰ ਇਵਨ ਕਿ ਜਿਹੜੇ ਆ ਜਿਹੜੇ ਮਰਦ ਹਜ਼ਰਤ ਨੇ ਸਾਡੇ ਅੱਜ ਕੱਲ ਦੇ ਅੱਲਾ ਮਾਫ ਕਰੇ ਔਰ ਤਾਂ ਔਰਤਾ ਦੀ ਇੱਜ਼ਤ ਤੱਕ ਲੋਟ ਲੈਣਦੇ ਨੇ ਉਹਨਾਂ ਕੋਲ ਵੀ ਤਾਂ ਜਾਂਦੀਆਂ ਨਹੀਂ ਔਰ ਤਾਂ ਦੋ ਨੰਬਰ ਪੀਰਾ ਨੂੰ ਤਾਂ ਅਸੀਂ ਵੀ ਨਹੀਂ ਮੰਨਦੇ ਨਾ ਜਿਹੜੇ ਆਪਣੀ ਪਛਾਣ ਹੈ ਅਸੀਂ ਵੀ ਨਹੀਂ ਮੰਨਦੇ ਉਹ ਵੀ ਤਾਂ ਆਪਣਾ ਕਾਰੋਬਾਰ ਲਗਾਈ ਬੈਠੇ ਨੇ ਨਾ ਨਹੀਂ ਜਿਹੜੇ ਉਹ ਵੀ ਤਾਂ ਕਮਾਉਂਦੇ ਪੈਣੇ ਨਾ ਪੈਸੇ ਤੇ ਜੇ ਮੈਂ ਚਾਰਾ ਨੇ ਕਮਾ ਲਿਆ ਤਾਂ ਤੁਹਾਨੂੰ ਕਿਉਂ ਤਕਲੀਫ ਹੋਣਾ ਸ਼ੁਰੂ ਹੋ ਗਈ ਹੈ ਨਹੀਂ ਦੋ ਨੰਬਰ ਪੀਰਾ ਨੂੰ ਤਾਂ ਅਸੀਂ ਵੀ ਜਾਣੇ ਆ ਅਸੀਂ ਵੀ ਉਹਨਾਂ ਨੂੰ ਕੋਈ ਪ੍ਰਮੋਟ ਨਹੀਂ ਕਰਦੇ ਦੋ ਨੰਬਰ ਪੀ ਦੋ ਨੰਬਰ ਹੀ ਨੇ ਤਾਈ ਤੇ ਤਾਈ ਹੁੰਦੇ ਨੇ ਕਿਹਾ ਨਾ ਮੈਂ ਬਾਬਾ ਫਰੀਦ ਰੰਗੇ ਨਾਮ ਰਹਿਮਤੁੱਲਾ ਲੈ ਉਹਨਾਂ ਕਿੱਥੇ ਹੋ ਜੇ ਲੋਕ ਕਿੱਥੇ ਉਹਦੀ ਇਬਾਦਤ ਆ ਕੋਈ ਕਰਦਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਅੱਜ ਤੱਕ ਕਿਸੇ ਪੀਰ ਫਕੀਰ ਨੂੰ ਰੋਜ਼ੇ ਰੱਖਦੇ ਨਮਾਜ਼ ਪੜ੍ਹਦੇ ਵਿਕੇ ਨਹੀਂ ਅੱਜ ਕੱਲ ਦੇ ਪੀਰਾਂ ਦੇ ਨਹੀਂ ਕਈ ਪੀਰ ਸਹੀ ਵੀ ਨਹੀਂ ਆ ਬੱਸ ਕਰ ਦੋ ਆ ਸਾਰਿਆਂ ਦਾ ਮੈਨੂੰ ਪਤਾ ਤੁਹਾਨੂੰ ਤਾਂ ਜਿਵੇਂ ਬੜਾ ਹੀ ਪਤਾ ਜਿਹੜੇ ਖੈਰ ਗੱਲਾਂ ਆ ਉਹ ਕਹਿੰਦੇ ਨਾ ਖਰਬੂਜ਼ੇ ਨੇ ਵੇਖ ਕੇ ਖਰਬੂਜ਼ਾ ਰੰਗ ਪਕੜਦਾ ਹੈ ਇਸੇ ਤਰ੍ਹਾਂ ਜਿਹੋ ਜੇ ਪੀਰ ਹੈਗੇ ਨਾ ਅੱਜ ਕੱਲ ਮਾਰਕੀਟ 'ਚ ਸਾਰਿਆਂ ਦਾ ਹੀ ਸਾਨੂੰ ਪਤਾ ਹੈ ਉਹ ਨੋ ਸਾਰੇ ਪੀਰਾਂ ਨੂੰ ਰਗੜ ਦਿੱਤਾ ਵੈਸੇ ਸਾਰੇ ਤਾਂ ਨਹੀਂ ਖੈਰ ਬੀਬੀ ਥੋੜੀ ਜਿਹਾ ਜ਼ਿਆਦਾ ਹੀ ਚੰਡਾ ਵਾਲੀ ਸਰਕਾਰ ਹੈ ਇਹਨਾਂ ਦੀ ਚੰਡਾ ਚ ਬੜੀਆਂ ਮਸ਼ਹੂਰ ਹੁੰਦੀਆਂ ਨੇ ਨਹੀਂ ਲੋਕ ਪਾਗਲ ਨੇ ਜਿਹੜੇ ਤੁਹਾਡੇ ਕੋਲ ਆ ਜਾਂਦੇ ਨੇ ਮੈਂ ਤਾਂ ਹੈਰਾਨ ਆ ਵੈਸੇ ਇਹਨਾਂ ਨੂੰ ਪਤਾ ਵੀ ਆ ਗੋਲੰਬੀ ਨੇ ਉਹਨਾਂ ਦਾ ਅੱਜਕੱਲ ਇਮਾਨ ਕਮਜ਼ੋਰ ਹੈ ਉਹ ਰੱਬ ਨੂੰ ਛੱਡ ਕੇ ਤੇ ਕਬਰਾਂ ਨੂੰ ਬਹੁਤੇ ਸਜਦੇ ਕਰਦੇ ਨੇ ਇੰਨੇ ਹੀ ਸਜਦੇ ਜਿਹੜਾ ਰੱਬ ਨੂੰ ਕਰਦੇ ਨੇ ਨਾ ਤਾਂ ਉਸ ਵਨ ਰੱਬ ਨਾ ਮੰਨ ਜਾਵੇ ਸੀ ਇਹ ਇੱਕ ਤਲਖ ਹਕੀਕਤ ਹੈ ਵੈਸੇ ਗੱਲ ਸਹੀ ਹੈ ਇਹਨਾਂ ਫਰਾਡੀਆਂ ਕੋਲੋਂ ਬਚੋ ਤੇ ਡਾਇਰੈਕਟ ਰੱਬ ਕੋਲੋਂ ਮੰਗੋ ਯਕੀਨ ਕਰੋ ਦਿਲ ਨਾਲ ਰੱਬ ਕੋਲੋਂ ਮੰਗੋ ਨਾ ਬੜੀ ਜਲਦੀ ਪੂਰੀ ਹੁੰਦੀ ਹੈ ਤੇ ਅੱਜ ਅਸੀਂ ਇਸ ਪੀਰ ਨਾਲ ਪੀਰੀ ਮਾਈ ਚੰਡਾ ਵਾਲੀ ਜਿੰਨੀ ਚਾਂਡੇ ਬੜੀ ਮਸ਼ਹੂਰ ਹੈ ਠੀਕ ਹੈ ਦੂਰੋਂ ਦੂਰੋਂ ਲੋਕ ਇਹਨਾਂ ਕੋਲ ਚੰਡਾ ਖਾਣ ਆਉਂਦੇ ਨੇ ਉਹਨਾਂ ਦੇ ਕੋਲ ਪਿਓ ਚੰਡ ਮਾਰਦੇ ਨਾ ਤਾਂ ਪੁੱਤਰ ਵੈਸੀ ਓਖਾ ਹੋ ਜਾਂਦਾ ਮਾਂ ਮਾਰਦੇ ਤੇ ਉਹਨੂੰ ਵੈਸੀ ਹੋ ਜਾਂਦਾ ਮੈਂ ਖੈਰਤ ਮੈਨੂੰ ਚੰਡ ਕੀ ਮਾਰੀ ਪਿਓ ਮਾਰਦੇ ਅੱਬਾ ਘਾਟਾ ਮੈਨੂੰ ਕੁੜਤਾ ਹੀ ਨੰਨ ਲੇ ਸੋ ਪੀਰੀਆਂ ਇਹਨਾਂ ਮਾਈਆਂ ਕੋਲ ਚੰਡਾ ਤੇ ਖਾ ਲੈਣੀਆਂ ਨੇ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਹੈਗਾ ਤੇ ਇਹ ਅੱਜ ਦੀ ਸਾਡੀ ਵੀਡੀਓ ਸੀ ਤੁਸੀਂ ਵੀ ਕਮੈਂਟ ਸੈਸ਼ਨ 'ਚ ਦੱਸਣਾ ਕਿ ਨਾ ਤੁਸੀਂ ਮੈਨੂੰ ਇਹ ਦੱਸੋ ਤੁਹਾਡੀ ਸ਼ਾਦੀ ਵਾਦੀ ਹੋ ਗਈ ਹਾਂਜੀ ਤੁਹਾਡੇ ਬੱਚੇ ਹੈ ਨੇ الحمدللہ ਬੇਟੀ ਹੈਗੇ ਨੇ ਤੁਹਾਡੇ ਕੋਲ ਮੇਰੇ ਕੋਲ ਬੇਟੀਆਂ ਮਾਸ਼ਾਅੱਲਾ ਬੇੜੇ ਨਹੀਂ ਨਾ ਹੈਗੇ ਤੁਸੀਂ ਮੇਰੀਆਂ ਸਿਰਫ ਦੋ ਚੰਡਾ ਖਾ ਲੋ ਤੁਹਾਨੂੰ ਰੱਬ ਇਠਾਉ ਤਾਂ ਦੋ ਬੱਚੇ ਦੇਵੇਗਾ ਉਹ ਵੀ ਮੁੰਡੇ ਮੈਂ ਅੱਲਾਹ ਕੋਲ ਮੰਗਾਗਾ ਤੁਹਾਡੇ ਕੋ ਚੰਡਾ ਖਾ ਕੇ ਮੈਂ ਪੁੱਤਰ ਲੈਣੇ ਨੇ ਦੁਬਾਰਾ ਗੱਲ ਕੀਤੀ ਕਿ ਮੈਂ ਉਹਨਾਂ ਤੋਂ ਚੰਡਾ ਮਾਰਦੇ ਆ ਇਸ ਗੱਲ ਤੇ ਮੈਂ ਆ ਮੇਰੇ ਮੁਕਲ ਖੜੋਤੇ ਨੇ ਭੁਲਿਆ ਦੇ ਨਾ ਇਹਨਾਂ ਨੂੰ ਮਾਰਨੀਆਂ ਨੇ ਚੰਡਾ ਉਹਨੀ ਦਿਨ ਤੱਕ ਮਾਰਨੀਆਂ ਨੇ ਜਿਨ੍ਹਾਂ ਦਾ ਕਿਹਾ ਕਿ ਮੇਰੇ ਪਹਿਲੇ ਦੇ ਕੇ ਮਾਫੀ ਨਾ ਮੰਗੇ ਜੀ ਚਲੋ ਇਹਨਾਂ ਦੇ ਮੁਕਲਾ ਨਾਲ ਵੀ ਨਿਪਟ ਲੈਣੇ ਜੀ ਤੇ ਸਾਨੂੰ ਇਜਾਜ਼ਤ ਦਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲਗੀ ਕਮੈਂਟ ਸੈਕਸ਼ਨ ਵਿੱਚ لازمی ਆਪਣੇ ਕਮੈਂਟ ਦਾ ਇਜ਼ਹਾਰ ਕਰਾ ਦੇ ਆਪਣੇ ਮੇਜ਼ਬਾਨ ਜ਼ਾਇਨਾਸੀ ਨੂੰ ਇਜਾਜ਼ਤ ਦਿਓ ਰੱਬ ਦੀਆ ਰੱਖਿਆ